ਲਿਆ ਵੀ ਰਣ ਜਿੱਤਣ ਨੂੰ ਸੂਰਮਾ ਹਰ ਦਮ ਰਹੇ ਤਿਆਰ ਉਹਦੀ ਜਿੱਤ ਯਕੀਨ ਦੋਸਤੋ ਜਿਹੜਾ ਪਹਿਲਾਂ ਕਰਦੇ ਵਾਰ ਆ ਮੈਂ ਜਿਹੜਾ ਲੋਕਾਂ ਨੇ ਕਿਹੜੇ ਬੜੀ ਬੇਸਬਰੀ ਦਾ ਇੰਤਜ਼ਾਰ ਕੀਤਾ ਵੱਡੀਆਂ ਟੀਮਾਂ ਵੱਡੇ ਖਿਡਾਰੀ ਕਿਹੜੇ ਖੇਡ ਰਿਹਾ ਮੇਰੇ ਮਿੱਤਰੋ ਆਓ ਸਾਹਮਣੇ ਕਿਹੜੇ ਟੱਕਰ ਟੱਕਰ ਜਿਹੜੀ ਵੱਡੀਆਂ ਅੱਜ ਢਾਬਾ ਵਾਲੇ ਛੋਟੂ ਦੇ ਕਿਹੜੇ ਸੋਰੀ ਢਾਬਾ ਵਾਲੇ ਸ਼ੁਰੂ ਤੇ ਮਾਣ ਕੀਤਾ ਮੁੰਡਿਆਂ ਨੇ ਵੱਡੀ ਟੀਮ ਕਿਹੜੇ ਬਣਾਈ ਹੈ ਤੇ ਚਰਚ ਦੇ ਵੱਡੇ ਖਿਡਾਰੀਆਂ ਦੇ ਮੇਰੀ ਮੌਤ ਤੇ ਨਾ ਰੋ ਮੇਰੀ ਸੋਚ ਨੂੰ ਬਚਾਇਓ ਇਨਕਲਾਬੀ ਕਵੀ ਹੋਏ ਹੈ ਤੇ ਮੁੰਡੇ ਉਹਨਾਂ ਦੇ ਪਿੰਡ ਦੇ ਹੈ ਕਦੇ ਭੋਤਮਾ ਪਿੰਡ ਉਸ ਇਲਾਕੇ ਦਾ ਬੜਾ ਪ੍ਰਸਿੱਧ ਹੈ ਹੋਰ ਕਦੇ ਗੱਲਾਂ ਹੁੰਦੀਆਂ ਭਾਰੀ ਕਰਦੀ ਜਾਂਦੀ ਹੈ ਔਰ ਸਾਹਮਣੇ ਮੁੰਡਿਆਂ ਨੇ ਕਹਿੰਦੇ ਨੰਬਰ ਜੋੜ ਦਿੱਤੇ ਨੇ ਹੈ ਵੀ ਸਮਝੀ ਨਾ ਗੱਲਾਂ ਵਾਲੇ ਹੈ ਔਰ ਚਰਚਾ ਰਹਿੰਦੀ ਬਰਨਾਲੇ ਹੈ ਸਾਰੇ ਸਹਿਣੇ ਵਿੱਚ ਨਾ ਚੱਲਦਾ ਮੰਮੀ ਨਾ ਚੌੜ ਬੁੜੇ ਹੈ ਜੇ ਹਾਂ ਕਰਦੇ ਤੇਰੀ ਬਣ ਜੇ ਵੋਟ ਵਧਾਓ ਤੁਰੇ ਆਓ ਬੱਲੇ 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 ਆ ਮੈਚ ਟਾਪ ਦਾ ਪਹਿਲੇ ਤਿੰਨ ਪੁਆਇੰਟ ਜੋੜਦੇ ਆ ਛੋਟੂ ਔਰ ਸਾਹਮਣੇ ਚੌਥਾ ਵੀ ਜੁੜ ਗਿਆ ਮੈਨੂੰ ਲੱਗਦਾ ਹੈ ਸਰਦਾਰ ਜੀ ਚਾਰ ਹੋ ਗਏ ਪੁਆਇੰਟ ਚਾਰ ਨੰਬਰ ਆ ਰਾਏਸਰ ਦੇ ਆ ਔਰ ਉਧਰਲੇ ਪਾਸੇ ਦੇ ਖਾਤਾ ਨਹੀਂ ਖੁੱਲਿਆ ਫਤਿਹਪੁਰ ਦੀ ਟੀਮ ਦਾ ਲੈ ਵੀ ਛੋਟੂ ਮਾਜਰਾ ਲੋਕਾਂ ਨੂੰ ਜਿਵੇਂ ਦੀ ਆਸ ਉਮੀਦ ਸੀਗੀ ਹੈ ਵੀ ਆਹ ਮੈਚ ਦੇ ਵਿੱਚ ਤੇ ਪਟਾਕੇ ਹੀ ਬਹਿਣਗੇ ਆ ਤੇ ਉਹ ਮੇਰੀ ਤੇ ਗੱਲਬਾਤ ਹਾਲੇ ਤੱਕ ਦੇ ਹੈ ਲੱਗੀ ਨਹੀਂ ਹੈ ਪਰ ਇੱਕ ਗੱਲ ਜਿਹੜੀ ਮੰਨਣੀ ਪੈਣੀ ਹੈ ਵੀ ਆਹ ਮੈਚ ਦੇ ਵਿੱਚ ਹੋਣਾ ਖੜਕਾ ਦੜ ਗਈ ਹੈ ਆਓ ਇੱਕ ਗੱਲ ਮੰਨਣੀ ਪੈਣੀ ਹੈ ਜੋ ਅੰਗਰੇਜ਼ ਕਰ ਗਏ ਨੇ ਆ ਉਹ ਰਫਤਾਰ ਤਰੱਕੀ ਵਾਲੀ ਹੈ ਤੇਜ ਕਰ ਗਏ ਨੇ ਉਹਨਾਂ ਦੇ ਦਿਮਾਗਾਂ ਵਿੱਚ ਹਕੂਮਤ ਦਾ ਕੁਰਸੀ ਹੈ ਆਓ ਮੂੜੇ ਉੱਤੇ ਬੈਠਣ ਵਾਲੇ ਨੂੰ ਦੇ ਗਏ ਕੁਰਸੀ ਹੈ ਵੇਖੋ ਮਮੀਮੀ ਫੱਟਿਆਂ ਨੂੰ ਵੀ ਹੈ ਮੇਜ ਕਰਕੇ ਨੇ ਇੱਕ ਗੱਲ ਮੰਨਣੀ ਪੈਣੀ ਖੜਕਾ ਤੜਕਾ ਤੇ ਹੋਣਾ ਮੈਚ ਵੱਡਾ ਵੱਡੇ ਸਟਾਰ ਕਰੇ ਭਿੜਦੇ ਆ ਆ ਛੋਟੂ ਆ ਕਰੇ ਮਾਜਰੇ ਵਾਲਾ ਆ ਢਾਬਾ ਵਾਲਾ ਕਰੇ ਸ਼ੇਰੂ ਆ ਆ ਟੱਕਰ ਉਹ ਚੋਟੀ ਦੀ ਮੇਰੇ ਮਿੱਤਰੋ ਸਾਧਨਵਾਦ ਦੀ ਧਰਤੀ ਤੇ ਵਾਲੀਬਾਲ ਦੇ ਵੱਡੇ ਵੱਡੇ ਪਲੇਅਰ ਕਹਿੰਦੇ ਭਿੜਦੇ ਆ ਦੋ ਚੋਟੀ ਦੇ ਜਿਹੜੇ ਬੜੀ ਤਕਨੀਕ ਬੜੇ ਥਰੰਬੇ ਨਾਲ ਬੜੇ ਦਿਮਾਗ ਨਾਲ ਖੇਡਦਾ ਹੈ ਪਹਿਲਾ ਨੰਬਰ ਮੁੰਡੇ ਨੇ ਜੋੜ ਦਿੱਤਾ ਹੈ ਇਹਨੇ ਦੱਸਿਆ ਵੀ ਦੂਰੀ ਜੇ ਤੈਅ ਕੀਤੀ ਆ ਤੇ ਕੋਈ ਨਾ ਕੋਈ ਤੇ ਗੱਲ ਹੋਊਗੀ ਹੈ ਵੀ ਕੋਈ ਨਾ ਕੋਈ ਤੇ ਖੂਬੀ ਹੋਊਗੀ ਜ਼ਰੂਰ ਐਵੇਂ ਧਾਨੀ ਲੋਕੀ ਸਾਨੂੰ ਕਰਦੇ ਸਲਾਮਾਂ ਆਓ ਕੋਈ ਨਾ ਕੋਈ ਤੇ ਖੂਬੀ ਹੋਊਗੀ ਜ਼ਰੂਰ ਐਵੇਂ ਧਾਨੀ ਲੋਕੀ ਸਾਨੂੰ ਕਰਦੇ ਸਲਾਮਾਂ ਮੈਚ ਟਾਪਦਾ ਜੇ ਦੋ ਦੋ ਤਿੰਨ ਹੋ ਗਏ ਤੇ ਫਿਰ ਮੇਰੇ ਮਿੱਤਰੋ ਗੱਲਬਾਤ ਜਿਹੜੀ ਹੈ ਬਰਾਬਰੀ ਤੇ ਆ ਜਾਣੀ ਹੈ ਮੇਰੇ ਉਧਰੋਂ ਮੌਤ ਜਿੱਤੀਆਂ ਜੀ ਦੀਪਕ ਬਈ ਮੀਰਪੁਰ ਦੇ ਭੁੰਦਰ ਬਾਬਾ ਜਿਹੜਾ ਮੈਂ ਕਿਹਾ ਸੀ ਮੈਂ ਕਿ ਕੌਣ ਜਿੱਤ ਗਿਆ ਤਿੰਨ ਚਾਰ ਹੋ ਗਏ ਮੇਰੇ ਹਿਸਾਬ ਨਾਲ ਕਿ ਤਿੰਨ ਤਿੰਨ ਹੋ ਗਏ ਕਿਹੜੀ ਮੀਰਪੁਰ ਤਿੰਨ ਚਾਰ ਹੋ ਗਏ ਸਕੋਰ ਜੀ ਮੀਰਪੁਰ ਦੇ ਚੈਣੇ ਵਾਲੇ ਦੇ 5 ਮਿੰਟਾਂ ਨੂੰ ਸਹੀ ਗਰਾਊਂਡ ਨੰਬਰ 2 ਤਿੰਨ ਚਾਰ ਹੋ ਗਏ 5 ਮਿੰਟ ਤਿੰਨ ਚਾਰ ਹੋ ਗਏ ਵੀਰੇ ਔਰ ਚੈਣੇ ਵਾਲੇ ਦੀਆਂ ਟੀਮਾਂ ਵੀਰੇ ਸ਼ੇਅਰ ਵੀ ਕਰੀ ਚਲੋ ਨਾਲ ਦੀ ਨਾਲ ਸ਼ੇਅਰ ਵੀਰੇ 3-4 ਤੁਹਾਡੇ ਨਾਲ ਦੋ ਚਾਰ ਮੈਚ ਖੇਡ ਵੀ ਗਿਆ ਤੇ ਤੁਹਾਡਾ ਭੇਟ ਪਾਈ ਫਿਰਦਾ ਵੀ ਕਦੋਂ ਦਿਨਾਂ ਵਿੱਚ ਖੇਡ ਗਿਆ ਅੱਖੀਆਂ ਅਸੀਂ ਕਿਹੜੀ ਬਾਤ ਹੋ ਗਈ ਹੈ ਤੇ ਜਿਹਨੂੰ ਤਲੀਆਂ ਤੇ ਚੋਗ ਚਗਾਉਂਦਾ ਸਹਿ ਉਹ ਨਿੱਕੀ ਸੁੱਕੀ ਹੈ ਚਾਂਤ ਹੋ ਗਈ ਹੈ ਸਾਰੀ ਉਮਰ ਹੱਥਾਂ ਦੇ ਵਿੱਚ ਰੜਕੂ ਤੂੰ ਕੱਡਾ ਕੋਈ ਬਰੀਕ ਬਣ ਗਿਆ ਯਾਰੀ ਲੱਗੀ ਤੋਂ ਹੁੰਦਾ ਸੀ ਖੰਡ ਵਰਗਾ ਹਾਂ ਟੁੱਟ ਗਏ ਸ਼ਰੀਕ
ਇੱਕ ਬਣ ਗਿਆ ਨਾ ਟੁੱਟ ਕੇ ਸ਼ਰੀਕ ਬਣ ਗਿਆ ਭੇਤੀਆ ਮੁੰਡੇ ਬਾਈ ਨੇ ਪਹਿਲਾਂ ਦੱਸਿਆ ਇਧਰਲੇ ਪਾਸੇ ਵੱਡਾ ਮੈਚ ਹੈ ਔਰ ਵੇਖਦੇ ਖੇਡਦੇ ਮੈਦਾਨ ਦੇ ਵਿੱਚ ਛੋਟੂ ਮਾਜਰੇ ਵਾਲਾ ਔਰ ਢਾਬਾ ਵਾਲੇ ਸ਼ੇਰੂ ਦੀ ਤਕਨੀਕ ਤੇ ਦੁਨੀਆ ਨਾਲ ਕਰਦੀ ਆ ਮੇਰੇ ਮਿੱਤਰੋ ਲਓ ਸਾਹਮਣੇ ਕਦੇ ਮੁੰਡਾ ਕਿੱਲਾ ਦਾ ਬਾਲਾ ਮੋੜੀ ਤੁਰਿਆ ਆਉਂਦਾ ਵੱਡਾ ਮੈਚ ਹੈ ਤੇ ਤਾੜ 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 ਖੜੋਣਾ ਬਣ ਜਾਣਦਾ ਤੇ ਸਾਡੇ ਵੀ ਰਿਵਾਜ ਮੁੰਡੇ ਆ ਤੂੰ ਵੀ ਸਾਡਾ ਤੇ ਅਸੀਂ ਵੀ ਹੁਣ ਤੇਰੇ ਜਾਂ ਟੁੱਟ ਗਈ ਲਿਆਜ ਮੁੰਡਿਆ ਸ਼ੇਅਰ ਕਰ ਦੋ ਸ਼ੇਅਰ ਵੀਰੇ 4 ਤੇ 3 ਸਕੋਰ ਆ ਵੀਰੇ ਮੇਰੇ ਮਿੱਤਰੋ ਅੱਜ ਇੱਕ ਦੂਜੇ ਦੇ ਵਿਰੁੱਧ ਖੇਡ ਰਹੇ ਨੇ ਨਾ ਵੀ 4 ਦਿੰਦੀਆਂ ਨਾ ਪੁਆਇੰਟ ਮਨਜੀਤ ਵੀਰੇ 4-2 ਹੈ ਜੀ 4-2 ਹੈ ਵੀਰੇ 4-2 ਜੀ 4 ਨੰਬਰ ਨੇ ਰਾਇਸਰ ਦੀ ਟੀਮ ਦੇ ਔਰ 2 ਨੰਬਰ ਆ ਫਤਿਹਪੁਰ ਦੀ ਟੀਮ ਦੇ ਮੇਰੇ ਮਿੱਤਰੋ ਆ ਐਂਡ ਟੀਮ ਦੇ ਨਾਲ ਪਾ ਦਿੰਦੇ ਆ 2-4-6 ਐਂਡ ਕਮਾਲ ਕਰ ਦਿੱਤੀ ਹੈ 2-4 ਕਰ ਦੋ ਬੰਦ ਬਈ ਢਾਬਾ ਵਾਲਾ ਸ਼ੇਰੂ ਤਗੜੀ ਬਾਲ ਯਾਰ ਮਾਰਾਂਗੇ ਯਾਰ ਬੈਟ ਤੋਂ ਮਾਰਨ ਵਾਲੇ ਕੋਲੋਂ ਛੋਟੂ ਬੜਾ ਤਕੜਾ ਖੇਡੀ ਆਉਂਦਾ ਬਈ ਯਾਰ ਐਂਡ ਕਰਾਈ ਆਉਂਦਾ ਸ਼ਾਸਤਰੀ ਨਹੀਂ ਸੀ ਆਇਆ ਵੀਰੇ ਸ਼ਾਸਤਰੀ ਨਹੀਂ ਸੀ ਆਇਆ ਜੀ ਚੈਣੇਵਾਲ ਤੇ ਮੀਰਪੁਰ ਦਾ ਸੈਮੀ ਆ ਵੀਰੇ ਦੂਜਾ 4-2 ਚੇਂਜ ਆ ਵੀਰੇ ਅਜੇ ਚੱਲਿਆ ਨੀ ਮੈਚ ਵੀਰੇ ਜਦੋਂ ਚੱਲਿਆ ਦੱਸ ਦਿਆਂਗੇ ਜੀ ਉਹ ਬਾਲ ਉਹ ਮੁੰਡਿਓ ਚਾਂਗਲੀ ਹਰ ਗਈ ਸੀ ਪ੍ਰੀ ਕੁਆਟਰ ਮੈਚ ਹਰ ਗਈ ਸੀ ਜੀ ਛੋਟੂ ਮਾਜਰੇ ਨੂੰ ਰਵੀ ਨਹੀਂ ਆਇਆ ਵੀਰੇ ਰਵੀ ਨਹੀਂ ਸੀ ਆਇਆ ਜੀ
शेयर भी करी चलो फिर 2-4 स्कोर है जी 2-4 दो छोटू माजरे दे चार शेरू दे जस्से दे चेंज आ जी चार दो टू फोर फिर चेंज है भरी हां बोल दे माड़ा यार ਸੈਮੀਫਾਈਨਲ ਆ ਵਿੱਕੀ ਜੈਲਦਾਰ ਆਸਟ੍ਰੇਲੀਆ ਵੀਰੇ ਸੈਮੀਫਾਈਨਲ ਮੈਚ ਜੀ ਪਹਿਲਾ ਸੈਮੀ ਦੂਜਾ ਸੈਮੀ ਮੀਰਪੁਰ ਤੇ ਚੈਣਿਆਲ ਦਾ ਆਉਣਾ ਬਾਈ ਜਿਹੜੇ ਭਰਾਵਾਂ ਨੇ ਸਟਾਰ ਨਹੀਂ ਭੇਜੇ ਵੀਰੇ ਜ਼ਰੂਰ ਸੈਂਡ ਕਰਿਓ ਜੀ ਪਹਿਲੇ 75 ਸਟਾਰ ਜਿਹੜੇ ਫ੍ਰੀ ਮਿਲਦੇ ਆ ਸਾਰਿਆਂ ਨੂੰ ਮੀਰਪੁਰ ਤੇ ਜਿਹੜੇ ਭਰਾਵਾਂ ਨੇ ਨਹੀਂ ਭੇਜੇ ਜ਼ਰੂਰ ਭੇਜਿਓ ਜੀ ਬੰਦੀਰ ਬਾਈ ਪੁਆਇੰਟ ਦੱਸੋ ਪੁਆਇੰਟ ਸਾਡੇ ਕਰਦੀ ਹੈ ਵੀਰੇ 4-2 ਉਹ ਬਾਲ ਓਏ ਸ਼ੇਰੂ ਸ਼ਰਾ ਵਾਲ ਯਾਰ ਚੇਂਜ ਹੀ ਹੋਈ ਆ ਨਾ ਪ੍ਰਦੀਪ ਖੇਡੋ ਮੈਚ ਬਾਈ ਦੋ ਤੇ ਆ ਜਾਓ ਆਪ ਵੀ 5 ਮਿੰਟ ਲੈ ਲਓ ਪਹਿਲਾਂ ਕਿਵੇਂ ਕਿੰਨੇ ਹੋ ਜੀ ਬੈਠ ਬਾਈਆਂ ਦੇ ਇੱਥੇ ਨਵਦੀਪ ਕੜਿਆਨ ਨੇ ਭੇਜਿਆ ਭਰਾ ਨੇ 75 ਸਟਾਰ ਬਹੁਤ ਬਹੁਤ ਧੰਨਵਾਦ ਜੀ ਨਵਦੀਪ ਰੇ ਨਵਦੀਪ ਕਾਦਿਆਨ ਬਹੁਤ ਬਹੁਤ ਧੰਨਵਾਦ ਜੀ ਛੋਟੂ ਫਾਈਨਲ ਮੈਚ ਜਿੰਦਾ ਵੱਡਾ ਸਨਮਾਨ ਤੇ ਵੱਡਾ ਸਨਮਾਨ ਬਾਲ ਪੇਪਰ ਦੇ ਨਾਲ ਕੀਤਾ ਜਾਣਾ ਕਿਸੇ ਵੀ ਕੱਪ ਦੇ ਬਹੁਤ ਵੱਡਾ ਧੰਨਵਾਦ ਵੀਰਾਂ ਦਾ ਆਜੋ ਬਈ ਦੂਜੇ ਸੈਮੀਫਾਈਨਲ ਵਾਲੀਆਂ ਟੀਮਾਂ ਵੀ ਕਾਪੀ ਦੇ ਲਿਖੇ ਆਪਾਂ ਤਾਂ ਵੈਸੇ ਹੀ ਗੱਲ ਕਰ ਲੈਂਦੇ ਹਾਂ ਵੀ ਕਿੰਨੇ ਹੋ ਗਏ ਕੀ ਸਕੋਰ ਨਹੀਂ ਇੱਕ 75 ਫ੍ਰੀ ਹੁੰਦੇ ਉਹ ਫੇਰ ਉਹ ਮੈਂ ਦੋ ਦਿਨ ਦੇ ਦੇਖਿਆ ਮੈਨੂੰ ਕਦੇ ਲੱਭੇ ਨਹੀਂ ਕਹਿੰਦੇ 75 ਫ੍ਰੀ ਆ ਦੇ ਕਿਸੇ ਪਾਸੇ ਕੀਤੇ ਸਮੀਰ ਖਾਨ ਨੇ ਭਰਾ ਨੇ 75 ਸਟਾਰ ਭੇਜੇ ਆ ਜੀ ਧੰਨਵਾਦ ਬਹੁਤ ਬਹੁਤ ਸਮੀਰ ਖਾਨ ਜੀ ਇਹ ਫ੍ਰੀ ਹੈਗੇ ਵੀ ਆ ਬਾਈ ਕੋਈ ਭੁਲੇਖਾ ਹੀ ਆ ਫ੍ਰੀ ਵਾਲਾ ਦੱਸਿਓ ਕੋਈ ਭਰਾ ਵੀ ਫ੍ਰੀ ਹੈਗੇ ਵੀ ਆ ਕਿ ਪੈਸੇ ਕੱਟੇ ਆਉਂਦੇ ਤੁਹਾਡੇ ਭਾਈ ਹੁੰਦੇ ਆ 75 ਫ੍ਰੀ ਹੈ ਨਾ ਲੱਭੀ ਨਹੀਂ ਆ ਦਰਸ਼ਾਹ ਦੇ ਮੈਂ ਹੋਰ ਵੀ ਦੇਖਿਆ ਇੱਕ ਦੋ ਹਾਂ ਅਪਡੇਟ ਕਰਕੇ ਦੇ ਮੈਂ ਵੀ ਸੁਣਿਆ ਹੀ ਆ ਕਿਤੇ ਫਵਾ ਹੀ ਹੋਵੇ ਵਿਚਾਰਿਆਂ ਨੇ ਵੀ ਹੈ ਨਾ ਧੰਨਵਾਦ ਜੀ ਸਮੀਰ ਖਾਨ ਜੀ
हैप्पी वीरे थले आऊगा स्टार से येलो कलर च। हाँ सारे भरा कहते फ्री ने 75 बई थले येलो स्टार होंदा वीरे उन्हूं क्लिक कर लो जी। ओके 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 धन्यवाद जी धन्यवाद जी करमवीर हैप्पी वीरे स्टार आउंदा ना कमेंटा कोले उन्हूं ओके कर लो। ओके ओके अंश चौधरी कनेडा वालिआं नूं 200 फ्री है वीरे विच कमेंट आया कनेडा जिहड़े भरा गए मैनूं उन्हां नूं 200 फ्री है। हैप्पी भी कनेडा जी है मैं रिहा होना हैप्पी चल ठीक है अरविंदर टुली वाल की हाल अरविंदर ਵੀਰਪੁਰ ਬਾਈ ਪਰਵੀਰ ਖੇਡੋ ਯਾਰ ਬਣਾ ਬਣ ਕੇ ਜਲਦੀ ਦੇ ਨਾਲ ਜੇ ਨਹੀਂ ਖੇਡਣਾ ਤੇ ਦੱਸ ਦੋ ਮੇਰਾ ਵੀਰ ਢੁੰਦਰਵਾ ਦੀ ਟੀਮ ਨੂੰ ਖੜਾ ਦਿੰਦੇ ਆ। ਗੁਰਦੇਸ਼ ਗੁੱਜਰ ਭਰਾ ਨੇ 75 ਸਟਾਰ ਸੈਂਡ ਕਰਿਆ ਬਹੁਤ ਬਹੁਤ ਧੰਨਵਾਦ ਜੀ ਗੁਰਦੇਸ਼ ਗੁੱਜਰ ਜੀ। ਉਹ ਬਾਲ ਓਏ ਮਾਜਰੇ ਬਾਲੀ ਤਗੜੀਆਂ ਬਾਲਾਂ ਮਾਰੀ ਆਉਂਦਾ ਮਾਜਰਾ ਯਾਰ ਐਂਡ ਗੱਲਬਾਤ। ਦੂਜਾ ਸੈਮੀ ਉਧਰ ਹੋਣਾ ਵੀਰੇ ਚੈਣੇਵਾਲ ਤੇ ਮੀਰਪੁਰ ਦਾ ਬਾਲੀਆਂ ਬਾਲਾਂ ਤਗੜੀਆਂ ਮਾਰੀ ਆਉਂਦਾ ਛੋਟੂ ਮਾਜਰਾ ਯਾਰ ਐਂਡ ਗੱਲਬਾਤ ਹੀ ਆ ਜਮਾ आउट बाल स्कोर किन्ने हो गए जी 4-5 स्कोर हो गए वीरे 4-5 ओ जरनैल जी हैगे ने ओ जांदे आ मैं कहना रेफरी जांदे नहीं डॉक्टर साहब ओ दे डॉक्टर साहब कराए भी मैच ग्राउंड नंबर 2 ते जी ग्राउंड नंबर 2 ते पीरपुर और जनेवाल दा जेड़ा मैच अपन करवा दिए जी। इधर 4-5 की टक्कर है जी 4 नंबर ने फतेहपुर छोटू की टीम ने और 5 नंबर है रायसर की टीम ने 1 पॉइंट का जेड़ा फर्क है और दुनिया नु मेरे मित्रों एक आस भी जड़ी वड्डी है भी आ मैच गुड मॉर्निंग जी गुड मॉर्निंग शेयर कर दिया करो वीरे होना है भी जे तू साडी नहीं होना ते बिल्लो कोई गल नहीं है किसे होर दी होई ना फिर गल रड़कू ते हुण कबजे दी पैड़ी वांगू ਦਾਗ ਖੜਕੂ ਪਟਾਕੇ ਪੈ ਰਹੇ ਆ ਮੁੰਡੇ ਕਹਿੰਦੇ ਜਿੱਤ ਦੇ ਲਈ ਪੂਰਾ ਜ਼ੋਰ ਲਾ ਰਹੇ ਨੇ ਵੀਰਪੁਰ ਤੇ ਕੈਨੇਡਾ ਇਹ ਟੀਮਾਂ ਦੇ ਰਹਿੰਦੇ ਖਿਡਾਰੀ ਆਓ ਜੀ ਉਹ ਬਾਲ ਓਏ ਸ਼ੇਰੂ ਸਰਾਵਾਲ ਯਾਰ ਇਧਰ ਸ਼ੇਰੂ ਨੇ ਵੀ ਮੇਰੇ ਮਿੱਤਰੋਂ ਕਮਾਲ ਕਰਤੀ ਹੈ ਲਓ ਸੁਣੀਏ ਜਿਹੜਾ ਢਾਬਾ ਵਾਲੀ ਕਹਿੰਦੇ ਕਮਾਲ ਕਰੀ ਤੁਰੇ ਆਉਂਦਾ ਹੈ ਇੱਕ ਢਾਬਾ ਪਿੰਡ ਕਹਿੰਦੇ ਜਿਹੜੇ ਹਰਦਾਨਗੜ੍ਹ ਦਾ ਬੜਾ ਪ੍ਰਸਿੱਧ ਪਿੰਡ ਹੈ ਜਿੱਥੋਂ ਦੇ ਕਹਿੰਦੇ ਸ਼ਾਂਤੀ ਦੇ ਚਰਚੇ ਕ੍ਰਿਕਟ ਦੀ ਦੁਨੀਆ ਦੇ ਵਿੱਚ ਹੁੰਦੇ ਆ ਪਰਾ ਕਰੇ ਸ਼ੇਰੂ ਆ ਢਾਬਾ ਵਾਲਾ ਵਾਲੀਬਾਲ ਦੀ ਖੇਡ ਦਾ ਇੱਕ ਕਰੇ ਚੋਟੀ ਕਮੇਟੀ ਬਣ ਹੋ ਗਈ ਆ ਮਿੱਤਰੋ ਵੱਡੀ ਟੀਮ ਬਣੀ ਹੈ ਆਓ ਦੇ ਦੋ ਮੰਗਦੇ ਆ ਚਾਣੇ ਵਾਲੀ ਵੀਰਪੁਰ ਇੱਕੋ ਇਲਾਕੇ ਦੀਆਂ ਟੀਮਾਂ ਇੱਕੋ ਏਰੀਆ ਦੇ ਵਿੱਚੋਂ ਟੀਮ ਕਦੇ ਝੜ ਕੇ ਆਈ ਹੈ ਵੀਰਪੁਰ ਤੇ ਚਾਣੇ ਵਾਲਾ ਫਾਈਨਲ ਉਹ ਪਈ ਆ ਜੀ ਉਧਰ ਜਿੰਦਰ ਸੋਈ ਕੀ ਵਾਲਾ ਜਿੰਦਰ ਬਾਈ ਕਰਾ ਦੋ ਡਾਕਟਰ ਜੀ ਉਹ ਨਾਲ ਨੂੰ ਹੀ ਹੋ ਜਾਣਾ ਸੈਮੀ ਜੀ ਉਹ ਹਾਂ ਕਰੀਅਰ ਹੀ ਮੈਂ ਸ਼ੁਰੂ ਕਿਉਂ ਲਾਓ ਸਾਹਮਣੇ ਢਾਬਾ ਵਾਲਾ ਕਹਿੰਦੇ ਸਰਵਿਸ ਕਰਨ ਲਈ ਕਹਿੰਦੇ ਤਿਆਰ ਹੈ ਉਧਰਲੇ ਪਾਸੇ ਆ ਛੋਟੂ ਆ ਛੋਟੂ ਤੇ ਚਰਚੇ ਬਹੁਤ ਵੱਡੇ ਕਿਹੜੇ ਹੁੰਦੇ ਆ ਮੁੰਡੇ ਦੇ ਦੋਨੇ ਟੀਮਾਂ ਕਿਹੜੇ ਇੱਕੋ ਰੀਤ ਮੇਰੇ ਮਿੱਤਰੋ ਤੇ ਵੱਡੇ ਵੱਡੇ ਪਲੇਅਰ ਵੱਡੀਆਂ ਵੱਡੀਆਂ ਟੀਮਾਂ ਕਿਹੜੇ ਆਦੇ ਭਿੜਦੀਆਂ ਤੇ ਚੋਟੀ ਦੀ ਆਉਟ ਸਾਹਮਣੇ ਖੇਡਦੇ ਮੈਦਾਨ ਦੇ ਵਿੱਚ ਸਵਾਦ ਕਿਹੜੇ ਵਧਿਆ ਹੋਇਆ ਮੇਰੇ ਮਿੱਤਰੋ ਵੱਡੀਆਂ ਟੀਮਾਂ ਔਰ ਵੱਡੇ ਪਲੇਅਰ ਕਿਹੜੇ ਭਿੜਦੇ ਆ ਕਿਸੇ ਨੂੰ ਜੇ ਦਿਲ ਖੁੱਲੇ ਦੇ ਦੇਵੇ ਹੋ ਜਾਂਦੇ ਖਰਚੇ ਵੀ ਖੁੱਲੇ ਜੋੜ ਜੋਗਿਓ ਉਹਦੀ ਮਿਹਰ ਨਾਲ ਕਿਤੇ ਜੜਾਂ ਹੁਣ ਡੂੰਘੀਆਂ ਨੇ ਫਿਰ ਕਰਦੇ ਵੀ ਹੁੰਦੇ ਕੁਝ ਆ ਬੁੱਲੇ ਜੋੜ ਜੋਗਿਓ ਫਿਰ ਡਿੱਗੇ ਚੱਕੇ ਜਾਂਦੇ ਸੱਚ ਆਖਦੇ ਸਿਆਣੇ ਤੇ ਦੁੱਧ ਨਾਲ ਪਾਣੀ ਦੇ ਵਿੱਚ
दुले जोड़ चुके हो सारे हाथ जोड़ मंगे पारसुत बाबा जुग जुग जोड़ जा रहे ने बुले जोड़ चुके हो भागा वाले खाओ अड अड भांडिया च पर एक घरे होण ना दो चुले जोड़ चुके हो दिलों दवा वाले ना भरावा दे लई जेडे वड्डे बेले करवाउंदे आए वाहेगुरु परमात्मा एदा ही प्यार इतफाक जिहड़ा बनाई रखे सारे खिडारियों दे विच आओ ढाबा वाले दीआं बाला दुनिया वेखण दे लई कदे जुड़ी बैठी आ फेसबुक ते आ कहिंदे मेरे मित्रों रात नूं पिछड़ा पहर है ते सजरी सवेर आ कीरे कीरे नां दी चढ़दी आ लोकां नूं कहिंदे थोड़े समें दे विच पता जिहड़ा लग जाणा है हर सामने सेले ਸਕੋਰ ਬਿਲਕੁਲ ਬਰਾਬਰੀ ਦੇ ਚਾਰ ਪੰਜ ਚਾਰ ਸਕੋਰ ਆ ਵੀਰੇ 6000 ਹੋ ਗਏ ਮੇਰੇ ਹਿਸਾਬ ਨਾਲ ਇੱਕ ਤਗੜੇ ਨੰਬਰ ਦੇ ਵਾਧੇ ਉਧਰ ਬਈ ਦੋ ਨੰਬਰ ਗਰਾਊਂਡ ਤੋਂ ਮੈਚ ਸ਼ੁਰੂ ਕਰਾ ਲਓ ਜੀ ਬੇਨਤੀ ਹੈ ਹੋ ਸਕਦਾ ਨਾ ਗਿਫਟ ਦੀ ਆਪਸ਼ਨ ਆਉਂਦੀ ਉਹ ਗੇਲ ਕਰਕੇ ਉੱਥੋਂ ਆਪਾਂ ਨੂੰ ਉਹੀ ਗਰਾਲ ਗੱਲ ਕਹਿੰਦਾ ਸੀ ਕਹਿੰਦਾ ਮੇਰੇ ਉਹਨਾਂ ਨੇ ਤੇ ਵਿਆ ਕਰੇ ਵਾਲਿਆਂ ਨੇ ਕਹਿੰਦਾ ਓਪੀ ਖੋਖਰ ਨੇ ਕਹਿੰਦਾ ਫੜਤਿਆ ਵੀ ਕਰ ਲਈ ਚਲਾ ਦੋ ਮੈਚ ਨੂੰ ਦਮਸਾ ਦੋ ਸਜੀਦ ਕਿੰਨੇ ਪੁਆਇੰਟ ਵੱਡੇ ਬਾਈ 7-4 ਮੂਵ ਹੈ ਨਹੀਂ ਬਾਈ ਦੋ ਦੇ ਅੰਦਰ ਹੀ ਮੈਚ ਦੀ ਲਾ ਕੇ ਆਉਣੀ ਹੈ ਲੈ ਗਏ ਸੀ ਰਿੰਕੂ ਲੈ ਕੇ ਪਤਾ ਨਹੀਂ ਕਿੱਧਰ ਹੈ ਨਹੀਂ ਡਾਕਟਰ ਸਾਹਿਬ ਕਰਾਓ ਜੀ ਮੈਚ ਚੈਨਲ ਦੀ ਟੀਮ ਸਾਰੀ ਆਈ ਖੜੀ ਆ ਜੀ ਜਲਦੀ ਮੈਚ ਸ਼ੁਰੂ ਕਰਾ ਦਿਓ ਆਪਾਂ ਸ਼ੁੱਧ ਹੈਲੋ ਬਲਜਿੰਦਰ ਬਾਲ ਚੇਂਜ ਕਰੇ ਮੇਰਾ ਵੀਰ ਬਣ ਕੇ ਦੋ ਨੰਬਰ ਰਾਊਂਡ ਦੀ ਬਲਜਿੰਦਰ ਕਮਾਣਾ ਦੋ ਨੰਬਰ ਰਾਊਂਡ ਦੀ ਬਾਲ ਚੇਂਜ ਕਰੇ ਬਾਈ ਮੇਰੇ ਤਾਂ ਨਹੀਂ ਕਰੇ ਵੇ ਯਾਰ ਕਿਸੇ ਨੂੰ ਮੈਨੂੰ ਵੀ ਨਹੀਂ ਆਉਂਦੀ ਉਹ ਕਿਉਂਕਿ ਉਹਦੀ ਵਾਰੀ ਨਹੀਂ ਨਹੀਂ ਬਾਰਿਸ਼ ਹੈ ਨਹੀਂ ਇੱਥੇ ਵੀਰੇ ਅਮਨ ਕਮੋਜ ਬਾਈ ਬਾਲੀ ਤਕੜੀ ਬਾਲ ਮਾਰੀ ਇਹਦਾ ਯਾਰ ਮੰਚਲ ਨਹੀਂ ਸੀ ਆਇਆ ਵੀਰੇ
ਯੂਪੀ ਯੂਪੀ ਹਾਂ ਹੋਇਆ ਨੌ ਚਾਰ ਤੋਂ ਸਾਈਡਾਂ ਚੇਂਜ ਆ ਵੀਰੇ ਨੌ ਚਾਰ ਔਰ ਸਾਈਡਾਂ ਜਿਹੜੀਆਂ ਚੇਂਜ ਹੋਈਆਂ ਹੈ ਰਾਈਟ ਸਾਈਡ ਦੀ ਟੀਮ ਨੇ ਪੁਆਇੰਟ ਸੈਮੀ ਜਲਾ ਲੱਗਾ ਹੋਟਾਂ ਦਾ ਹਜ਼ਾਰ ਮੀਰਪੁਰ ਨਾਲ ਮੀਰਪੁਰ ਦੀ ਟੀਮ ਨੇ ਜਿਹੜੇ ਚਾਰ ਪੁਆਇੰਟ ਆ ਸੈਮੀ ਜਲਦਾ ਸੈਮੀ ਵੀਰੇ ਵੱਡੀ ਲੀਡ ਕਰੇ ਪ੍ਰਾਪਤ ਕੀਤੀ ਹੈ ਮੁੰਡਿਆਂ ਨੇ ਬਾਈ 2 ਨੰਬਰ ਦੇ ਵਿੱਚ ਮੈਚ ਸ਼ੁਰੂ ਹੋ ਗਿਆ 2 ਨੰਬਰ ਗਰਾਊਂਡ ਬਿਲਕੁਲ ਜੀ ਬਿਲਕੁਲ ਕਰਮਵੀਰ ਵੀਰੇ ਬਹੁਤ ਤਗੜੀਆਂ ਬਾਲਾਂ ਮਾਰੀਆਂ ਦਾ ਸ਼ੇਰ ਅਜੇ ਚੱਲੇ ਹੀ ਨਹੀਂ ਮੈਚ ਹੀ ਨਹੀਂ ਚੱਲਿਆ ਵੀਰੇ ਉਹ ਦੂਜਾ ਸੈਮੀਫਾਈਨਲ ਵੀਰੇ ਚੈਣੇਵਾਲ ਤੇ ਮੀਰਪੁਰ ਦਾ ਜੀ ਨਹੀਂ ਲੱਭਿਆ ਮੀਰਪੁਰ ਦੀ ਟੀਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਰਹਿੰਦੇ ਪਲੇਅਰ ਆਊਟ ਕਰਾਓ ਮੈਚ ਸ਼ੁਰੂ ਬਈ ਹੈਲੋ ਸੀਤੇ ਗਾਂਧੀ ਘਾਟਾ ਬਈ ਯਾਰ ਖੇਡੋ ਨਾ ਮੈਚ ਹਰਿਆਣਾ ਯੂਪੀ ਹੈ ਆਪਾਂ ਯੂਪੀ ਹੈ ਚੈਣੇ ਵਾਲੇ ਤੇ ਰਿੰਕੂ ਆ ਮੱਲੇ ਵਾਲਾ ਵੀਰੇ ਰੱਸੀ ਹਿੱਲ ਗਈ ਰੱਸੀ ਲਾਈਨ ਸਕੋਰ ਕਰਦੇ ਹਾਂ ਜਸ ਵੀਰੇ ਕਰਦੇ ਹਾਂ ਪਤਾ ਸਲੈਕਟ ਕਰ ਲਿਆ ਬੰਦੇ ਸ਼ੱਕ ਮੈਂ ਇਹਨਾਂ ਨੂੰ
और नाल ही किसान वीर ने एक सुनहरी मौका वीर दिवाली एक लकी ड्रा कटा जाएगा अपने भरावों के वालों जेडे किसी भरा ने किस्मत जमानी हो और 500 रुपए की टिकट है जी पहला प्राइज जरा एसर ट्रैक्टर सैकंड ट्राली है जी 11 फुट की रोटावीटर फिर हाल है जी 11 फुट कीरो ड्रिल पांचवा प्राइज बिजली वाली स्प्रे वाली ढोली जी और होर भी जोड़े वे प्राइज रखे हुए भराव वालों 500 रुपए की है एक टिकट है जी और बिना टिकट तो वीर किसी भी टीम का जेकर किसी वीर का प्राइज निकल है तो नहीं दिता जाएगा जी गूगल पे नंबर है जी 9964483090 जेकर किसी भरा ने लकी तरह पाना भी दिवाली वाले दिन कटिया जाना है चैने वाली अपने वीर नजिंद्र जरूर संपर्क कर लो जी बहुत बहुत शुक्रिया धन्यवाद एक बार मैं फिर बेनती करा जेकर किसी भरा ने अपनी किस्मत जमानी हो दिवाली में लकी ड्रा कटे जाएगा बड़े सोहने प्राइज ने और 500 रुपए की टिकट है जी आओ जी नरेंद्र जी बहुत शुक्रिया जी छोटो भाई बलजिंदर ना करी संपर्क इधर ला भी किन्ने किन्ने हो गए जिंदर एक बार पॉइंट पूछ के दस दे मेरा वीर बन के मैच बड़ा सोहना और इधर मीरपुर से चैनेवाल दी टीमों का भी मेरे मित्रों दूजा सैमीफाइनल मैच शुरू होने जा रहा है इलाके दी बड़ी बन के तुरे आई है और सवाल है कि वे खेड मेले का इधरले पासे भी मैच शुरू करा दो मानसा जिले दी दो चोटी दी टीमां जिहड़ियां खेडनिया मेरे मित्रों भी भदौड़ वाला एंड गल बात जटिए आ चोटिया नू पाउंदा मुंडा मात जटिए मित्रां ने आई नाल सुखा ते जिंदा दस कौन गभरू का गुट फड़ दो ते बा फड़ दे किसे नू तेरी मैं नहीं दिंदा दस कौन गभरू का गुट फड़ दो कदे कदे अर्जुन ढिलों गल्लां करदा हुंदा है राइसर दी टीम कहते उस इलाके दे विचों चल के आई है आ सामने गल्लां कहते टिकाणे है आओ बड़े मैच दीआं मेरे मित्रों बड़ी लीड कहते हासिल कीती है मुंडिआं ने रोडाश गुरकपुरिया वीर साडा वड्डे ऐलान करांदा ये छोटू माजरा सिंगल हैंड शेरू दे बाल लाउंदा 500 नगद दित्ता जाणा आ सामने कहिंदे वड्डे मन जिहड़े कीते जाणगे ते 500 जिहड़ा नगद दित्ता जाणा जिहदा नंबर 4G 7798 00 ते चढ़के वड्डे होणगे मेरे मित्रों आ 500 का नोट जिहड़ा दित्ता जाणा है जिहदे दो तीन पासे गंढी दीदा है ते सारा चक्री इहदा है करिए री मैच प्ले दूसरे ग्राउंड दे विच मैं बेनती करदा हां लावी टास हो गई करो शुरू मैच दी सिप्पे करो सर्विस मेरे वीर बन के जल्दी उधर दूसरे ग्राउंड के भी टास जी हो गई है मीरपुर की टीम खेडू मेरे मित्रों चैनल के नाल इधरले पासे मैच चोटी का गल लगनी टिकाने लवी छोटू रोटेश कहना भी 500 देना 500 ते देना किसे गल करके है बाल भी ओते मारनी है जिहड़ा टीसी वाला बेर है ते करते फेरी होणगे मेरे मित्रों
ਖੇਡਦੇ ਗਰਾਊਂਡ ਦੇ ਵਿੱਚ ਵੱਡਾ ਮੈਚ ਵੱਡੀਆਂ ਟੀਮਾਂ ਕਰੇ ਭਿੜਦੀਆਂ ਹੈ ਲਓ ਜ਼ੋਰ ਦੇ ਅੱਡੀ ਚੋਟੀ ਵਾਲਾ ਲੱਗਿਆ ਹੈ ਖੇਡਦੇ ਮੈਦਾਨ ਦੇ ਵਿੱਚ ਵੀ ਦਿਲ ਵਿੱਚ ਖਾਰ ਗਿਆ ਸੀਆਂ ਸੈਮੀ ਚੱਲ ਪਏ ਦੋਨੋਂ ਸੈਮੀ ਅਵਰੇ ਇਹ ਪਹਿਲਾ ਸੈਮੀ ਉਧਰ ਦੂਜਾ ਸੈਮੀ ਵੀ ਪਲੇ ਹੋ ਗਿਆ ਮੀਰਪੁਰ ਤੇ ਚੈਣਿਆਲ ਦਾ ਟਾਣੇ ਸ਼ਰਿਆਵਨ ਮਿਲ ਜਾਂਦੇ ਆ ਹਿੰਮਤਾਂ ਬਜਾਰੇ ਨਾ ਖਰੀਦ ਹੁੰਦੀਆਂ ਮੂੜੇ ਉੱਤੇ ਦਿੱਦੇ ਜਿਹੜੇ ਹੱਲਾ ਸ਼ੇਰੀਆਂ ਪਿੱਠ ਪਿੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ ਮਿਹਨਤਾਂ ਦੀ ਸੂਈ ਦਾ ਕਲਾਰ ਟੱਕ ਤੇ ਨੀਲੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਨਵੀਂ ਫਤਿਹਪੁਰੀਆ ਐਨਾ ਕਰ ਐਨਾ ਕਰ ਹੁਣ ਤੇ ਐ ਵੀ ਨੀ ਕਹਿ ਸਕਦੇ ਸਾਰੇ ਦਾ ਧਰਮ ਵੀ ਸ਼ਾਸਤਰੀ ਨਹੀਂ ਸੀ ਐਵਰੇ ਗੜਮਾਉਣੀ ਨਹੀਂ ਗੜਮਾਉਣੀ ਵੀਰੇ ਸਵੇਰ ਸਵੇਰ ਦਾ ਵੇਲਾ ਤੇ ਸਾਰੇ ਦਾ ਐਨ ਧਰਮ ਕੀ ਜਾਣੀ ਚੱਲਣਗੇ ਹੋਰ ਸਭ ਨੂੰ ਜੀ ਨਹੀਂ ਕਰਨਾ ਕੁਝ ਲਓ ਸਾਹਮਣੇ ਗਾਲਾਂ ਕਰੇ ਚੋਟੀ ਦੀਆਂ ਲਾਈਵ ਆਪਾਂ ਹੀ ਲਾਵਾਂਗੇ ਉਧਰ ਵੀਰੇ ਆ ਮੈਚ ਤੋਂ ਬਾਅਦ ਉਧਰ ਲਾ ਦੇਵਾਂਗੇ ਜੀ ਉਹ ਬਲਜਿੰਦਰ ਵਾਲੇ ਪੇਜ ਦਾ ਕੀ ਨਾਮ ਵਾਲੀਬਾਲ ਪੰਜਾਬ ਹਰਿਆਣਾ ਦੇ ਦੇਖ ਸਕਦੇ ਵੀਰੇ ਇੰਨਾ ਟਾਈਮ ਜਿਹਨੇ ਮੈਚ ਦੇਖਣਾ ਜੀ ਉਧਰ ਚੱਲੀ ਜਾਂਦਾ ਚੈਣੇਵਾਲ ਦੇ ਮੀਰਪੁਰ ਦਾ ਜੀ ਫਾਈਨਲ ਉਹਦੇ ਹੀ ਕਰਾਉਣਾ ਗਰਾਊਂਡ ਤੇ ਇਹ ਤੇ ਕਰਾਉਣਾ ਜ਼ਰੂਰੀ ਰੱਖ ਲਾਂਗੇ ਹਾਕੀ ਇੱਧਰ ਔਰ ਇੱਧਰ ਦੋ ਨੰਬਰ ਗਰਾਊਂਡ ਦੇ ਵਿੱਚ ਵੀ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਜੀ ਮੈਂਡੀ ਸ਼ਰਮਾ ਕਲੱਬ ਚਾਣਿਆਂ ਦੀ ਟੀਮ ਪਰਲੇ ਪਾਸੇ ਗਈ ਚਲੀ ਔਰ ਦੋ ਨੰਬਰ ਹੋ ਚੁੱਕੇ ਨੇ ਇੱਧਰ ਮੀਰਪੁਰ ਦੀ ਟੀਮ ਦੇ ਬੜਾ ਸਿਰੇ ਦਾ ਮੈਚ ਹੈ ਔਰ ਦਸੰਦੀ ਵਾਲੇ ਪ੍ਰਦੀਪ ਨੇ ਤਗੜੀ ਸਫਲਤਾ ਜੋੜ ਦਿੱਤੀ ਹੈ ਦੋ ਤੇ ਜੀਰੋ ਦੀ ਟੱਕਰ ਹੈ ਦੋਨੋਂ ਟੀਮਾਂ ਜ਼ਿਲ੍ਹੇ ਮਾਨਸਾ ਦੀਆਂ ਨੇ ਔਰ ਇੱਧਰ ਪਹਿਲਾ ਸੈਮੀ ਹੈ ਮੇਰੇ ਮਿੱਤਰੋ ਪਰ ਹਾਲੇ ਬਹੁਤ ਟਾਈਮ ਲੱਗ ਜਾਣਾ ਮੇਰੇ ਮਿੱਤਰੋ ਇਹ ਜਾਣਨ ਦੇ ਲਈ ਹੈ ਵੀ ਕਿਹੜੀ ਟੀਮ ਫਾਈਨਲ ਖੇਡੇਗੀ ਹੈ ਪਰ ਸਾਹਮਣੇ ਫਤਿਹਪੁਰੀਆ ਕਿਉਂਕਿ ਗਲਤੀ ਕਰ ਗਿਆ ਹੈ ਮਨਜੀਤ ਵੀਰੇ ਕਿੰਨੇ ਹੋ ਗਏ ਚੌਦਾਂ ਛੇ ਵੱਡਾ ਫਰਕ ਹੈ ਮੇਰੇ ਮਿੱਤਰੋ ਹੌਲੀ ਹੌਲੀ ਟੀਮ ਕਹਿੰਦੇ ਜਿਹੜੀ ਛੋਟੂ ਦੇ 6 ਆ ਵੀਰੇ ਉਧਰ ਸ਼ੇਰੂ ਜੱਸੇ ਦੇ 14 ਰੇ ਦੀ ਸਰ ਦੀ ਟੀਮ ਜਿਹੜੀ 14 ਪੁਆਇੰਟ ਮੈਨੂੰ ਵੀ ਹੈ ਨਹੀਂ ਉਹਦਾ ਫ੍ਰੀ ਵਾਲੇ ਦਾ ਯਾਰ ਕਿ ਵੀ ਬਰਾਬਰ ਕੀਤੀ ਹੈ ਮੈਨੂੰ ਵੀ ਹੈ ਨਹੀਂ ਮੈਂ ਤਾਂ ਕਦੇ ਕਰੇ ਨਹੀਂ ਗਿਆ ਟੀਮ ਨੇ 6 ਪੁਆਇੰਟ ਆ ਕਹਿੰਦੇ ਸੈਮੀ ਫਾਈਨਲ ਚੱਲਦਾ ਹੈ ਇਹ ਵੀ ਛੋਟੂ ਜਿਹੜਾ ਕਰੰਟ ਪਹਿਲਾਂ ਕੱਢਿਆ ਤੇ ਹੁਣ ਬਾਲਾ ਮਾਰੇਗਾ ਤੇ ਫੇਰ ਕਰਦੇ ਆ ਰੁਪੇਸ਼ ਕਹਿੰਦਾ ਭਰਾ ਵੀ 500 ਦੇਣਾ ਜੇ ਢਾਬਾ ਦੇ ਸ਼ਕੰਦਰ ਜੱਗ ਦੇ ਜਿੱਤਣ ਵਾਲਿਆਂ ਨੂੰ ਪਈ ਅੰਤ ਹਾਰ ਦੀ ਬਾਰੀ ਉਹਦੇ ਰੰਗਾਂ ਨੂੰ ਕੋਈ ਉਜਾਣੇ ਤੇ ਪਤਾ ਨੀ ਰੱਬ ਕਿਹੜਿਆਂ ਰੰਗਾਂ ਦੇ ਵਿੱਚ ਰਾਰੀ ਬਾਕੀ ਵਾਹਿਗੁਰੂ ਦਾ ਪਤਾ ਕੋਈ ਨੀ ਵੀ ਕਿਹੜਿਆਂ ਰੰਗਾਂ ਦੇ ਵਿੱਚ ਰਾਰੀ ਹੈ ਆ ਸਾਹਮਣੇ ਕਰੇ ਮੈਚ ਉਧਰਲੇ ਪਾਸੇ ਟਿਕਾਣੇ ਲੱਗੀਆਂ ਪਈਆਂ ਆ ਵੱਡੀਆਂ ਟੀਮਾਂ ਵੱਡੇ ਖਿਡਾਰੀ ਘਟਦੇ ਹੈ ਵੱਡੀ ਲੀਡ ਜਿਹੜੀ ਪ੍ਰਾਪਤ ਕਰ ਲਈ ਹੈ ਲੈ ਵੀ ਮਾਜਰੇ ਵਾਲਿਆ ਹੁਣ ਪਾਣੀ ਜਿਹੜਾ ਸਿਰ ਤੋਂ ਲੰਘਦਾ ਲੱਗਦਾ ਹੁਣ ਕੁਝ ਵੱਖਰਾ ਕਰਨਾ ਪੈਣਾ ਮਿੱਤਰਾਂ ਲੀਡ ਜਿਹੜੀ ਹੈ ਪੱਟ ਕੇ ਮੈਚ ਦੇ ਵਿੱਚ ਵਾਪਸੀ ਕਰਨੀ ਪੈਣੀ ਹੈ ਸੂਰਜ ਤਾਂ ਰਹਿੰਦੇ ਯਾਰੋ ਰੋਜ਼ ਢਲਦੇ ਆ ਪਰ ਸੂਰਮੇ ਜੋ ਆਪਣੀ ਹੀ ਚਾਲ ਚੱਲਦੇ ਆ ਕੁਝ ਵੱਖਰਾ ਕਰਾਂਗੇ ਇਸ ਜੱਗ ਤੋਂ ਆਓ ਬਾਗੀ ਯੋਧਿਆਂ ਦੀ ਵੱਖਰੀ ਹੈ ਜਮਾਤ ਹੁੰਦੀ ਆ ਤੇ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਵਿੱਚ ਕੋਈ ਗੱਲਬਾਤ ਹੁੰਦੀ ਹੈ ਆਹ ਲੋਕਾਂ ਨੂੰ ਪਤਾ ਲੱਗੇ ਵੀ ਕੋਈ ਗੱਲਬਾਤ ਆ ਮੁੰਡੇ 'ਚ
ਇੱਥੋਂ ਜੇ ਚੇਂਜ ਕਰਕੇ ਮੈਂ ਜਿੱਤ ਗਿਆ ਤੇ ਗੱਲਾਂ ਹੋਣਗੀਆਂ ਵੀ ਮੁੰਡਾ ਆਇਆ ਬੜੀ ਦੂਰੋਂ ਸੀਗਾ ਔਰ ਕਰ ਕਮਾਲ ਗਿਆ ਇੱਧਰ ਬੰਦੇ ਵਾਲੀਏ ਰਿੰਕੂ ਨੇ ਪੱਟੀ ਤੋੜੀ ਔਰ ਪਹਿਲੀ ਸਫਲਤਾ ਜੋੜ ਗਿਆ ਮੁੰਡਾ ਆਪਣੀ ਟੀਮ ਦੇ ਲਈ ਰਵੀ ਨਹੀਂ ਸੀ ਆਇਆ ਵੀਰੇ ਤੇ ਚਰਕੇ ਜਿਹੜੇ ਵੱਡੇ ਹੁੰਦੇ ਆ ਲੋਕੀ ਕਹਿੰਦੇ ਕਹਿਰ ਲੱਗਦਾ ਖਾ ਕੇ ਨਿਰਨੇ ਕਾਲ ਵੀ ਮਰ ਜੋ ਜਿੰਨਾ ਨੂੰ ਜੱਟ ਕਹਿਰ ਲੱਗਦਾ ਪਰ ਆਹ ਮੁੰਡਿਆਂ ਦੇ ਵਿੱਚ ਪਿਆਰ ਬੜਾ ਹੈ ਵੱਡੀਆਂ ਟੀਮਾਂ ਪੈਣ ਕਿੰਨੇ ਕਿੰਨੀਆਂ ਨੀ 16-7 14 ਅੱਧੋ ਅੱਧ ਦਾ ਫਰਕ ਹੈ ਮੇਰੇ ਮਿੱਤਰੋ 14 ਪੁਆਇੰਟ ਹੈ ਜਿਹੜੇ ਰਾਇਸਰ ਦੀ ਟੀਮ ਨੇ ਔਰ ਢਾਬਾ ਦਾ ਫੇਰ ਇੱਕ ਉਮੀਦ ਇਕਾਸ ਦੇ ਨਾਲ ਸਰਵਿਸ ਕਰਨ ਦੇ ਲਈ ਕਿਹੜੇ ਤਿਆਰ ਪਰ ਤਿਆਰ ਹੈ ਉਧਰਲੇ ਪਾਸੇ ਵੀ ਜਿਹੜੇ ਮਾਨਸਾ ਦੀਆਂ ਦੋ ਵੱਡੀਆਂ ਟੀਮਾਂ ਭਿੜਦੀਆਂ ਹੈ ਇੱਕ ਪਾਸੇ ਕਿਹੜੇ ਮੀਰਪੁਰ ਪਿੰਡ ਹੈ ਮੇਰੇ ਮਿੱਤਰੋ ਤੇ ਫਾਸਲਾ ਸਾਢੇ ਕੁ 10-11 ਕਿਲੋਮੀਟਰ ਦਾ ਹੋਣਾ ਦੋਵੇਂ ਪਿੰਡਾਂ ਦਾ ਇੱਕ ਨਹਿਰ ਲੱਗਦੀ ਹੈ ਤੇ ਕਿਹੜੇ ਚਰਤੇ ਹੁੰਦੇ ਹੈ ਆ ਟੀਮ ਵੱਡੀ ਬੜੀ ਹੈ ਕਦੇ ਮੀਰਪੁਰ ਦੀ ਮੀਰਪੁਰ ਕਲਾ ਪਿੰਡ ਕਦੇ ਮੀਰਪੁਰ ਖੁਰਦ ਕਦੇ ਆਲੂਪੁਰ ਕਦੇ ਭਗਵਾਨਪੁਰ ਕਦੇ ਸਰਦੂਲੇ ਵਾਲਾ ਕਦੇ ਟਿੱਬੀ ਪਿੰਡ ਫਿਰ ਸਰਦੂਲਗੜ੍ਹ ਦੇ ਚਰਤੇ ਹੁੰਦੇ ਹੈ ਤੇ ਟੀਮ ਉਸੇ ਇਲਾਕੇ ਦੇ ਵਿੱਚੋਂ ਚੱਲ ਕੇ ਆਈ ਹੈ ਚੈਨੇ ਵਾਲਾ ਪਿੰਡ ਕਹਿੰਦੇ ਇੱਕ ਛੋਟਾ ਜਿਹਾ ਪਿੰਡ ਆ ਮੇਰੇ ਮਿੱਤਰੋ ਮੋਢੇ ਦੇ ਐਨ ਹੀਰਕੇ ਦੇ ਵਿਚਾਲੇ ਵਸਿਆ ਕਦੇ ਝੰਡੂ ਕੇ ਪਿੰਡ ਦੀਆਂ ਗੱਲਾਂ ਹੁੰਦੀਆਂ ਹੈ ਤੇ ਮੁੰਡੇ ਕਦੇ ਵਾਲੀਬਾਲ ਦੇ ਵਿੱਚ ਵੱਡਾ ਰੁਤਬਾ ਕੱਟੀ ਬੈਠੇ ਆ ਇੱਥੋਂ ਪਤਾ ਲੱਗਦਾ ਹੈ ਵੀ ਆਹ ਕਾਮਯਾਬੀ ਦੇ ਪਿੱਛੇ ਅਣਥੱਕ ਮਿਹਨਤ ਹੈ ਤੇ ਤਾਹੀਓ ਤੇ ਵੱਡਾ ਮੁੱਲ ਪਿਆ ਇਧਰਲੇ ਪਾਸੇ ਆਹ ਕਮਾਲ ਜਿਹੜੀ ਕਰਦੀ ਆ ਨੌਜਵਾਨੇ ਵਾਲੀਬਾਲ ਪੰਜਾਬ ਹਰਿਆਣਾ ਲਾਈ ਵੀਰੇ ਡਾਕਟਰ ਸਾਹਿਬ ਇੱਧਰ ਤਿੰਨ ਇੱਕ ਚਾਰ ਕਈ ਚਾਰ ਇੱਕ ਇੱਧਰ ਚਾਰ ਨੰਬਰ ਨੇ ਜੀ ਮੀਰਪੁਰ ਦੀ ਟੀਮ ਦੇ ਦਿਲਪ੍ਰੀਤ ਗਿੱਲ ਕਨੇਡਾ ਕਲੱਬ ਦੀ ਟੀਮ ਦੇ ਚਾਰ ਨੰਬਰ ਆ ਗੁਆਂਢੀ ਦੇ ਪਿੰਡਾਂ ਦੀ ਟੱਕਰ ਆ ਵੀ ਇੱਥੇ ਕੋਈ ਨਾ ਕਿਸੇ ਲਈ ਮਰਦਾ ਜੀ ਆ ਹਰ ਕੋਈ ਆਪਣੇ ਲਈ ਕਰਦਾ ਜੀ ਆ ਉਹੀ ਢਾਉਂਦਾ ਲੰਕਾ ਦਿਲ ਦੀ ਨੂੰ ਆਹ ਮੁੰਡੇ ਇੱਕ ਦੂਜੇ ਦੇ ਰੱਜ ਕੇ ਭੇਤੀ ਨੇ ਆ ਪਰ ਇਧਰਲੇ ਪਾਸੇ ਛੋਟੂ ਮਾਜਰਾ ਵੀ ਮੇਰੇ ਮਿੱਤਰੋ ਆ ਹਾਲੇ ਮੁੰਡੇ ਨੇ ਮੇਰੇ ਮਿੱਤਰੋ ਹੌਸਲਾ ਨਹੀਂ ਛੱਡਿਆ ਹਾਲੇ ਤੇ ਖੜਾ ਚੁੱਪਰ ਆ ਮਾਨੀ ਗੁੱਡ ਮਾਰਨਿੰਗ ਵੀਰੇ ਸ਼ੇਅਰ ਕਰ ਦਿਓ ਜੀ ਜਿਹੜੇ ਭਰਾਵਾਂ ਨੇ ਸਟਾਰ ਨਹੀਂ ਭੇਜੇ 75 ਸਟਾਰ ਸਭ ਲਈ ਫ੍ਰੀ ਮਿਲਦੇ ਆ ਜੀ ਜ਼ਰੂਰ ਸੈਂਡ ਕਰਿਓ ਵੀਰੇ ਹੋ ਸਕਦਾ ਤੇ ਹਾਲੇ ਤੇ ਛੋਟੂ ਆ 75 ਸਟਾਰ ਜ਼ਰੂਰ ਭੇਜਿਓ ਜੀ 75 ਸਟਾਰ ਸਾਰਿਆਂ ਲਈ ਫ੍ਰੀ ਮਿਲਦੇ ਆ ਜੀ ਨਹੀਂ ਪਤਾ ਮੇਰੇ ਮਿੱਤਰੋ ਆ ਇੱਥੋਂ ਮੇਰੇ ਮਿੱਤਰੋ ਮੈਚ ਦਾ ਰੁਖ ਬਦਲ ਵੀ ਸਕਦਾ ਹੈ ਔਰ ਉਹ ਮੁੰਡੇ ਟਾਈਮ ਦੇ ਨਾਲ ਫਾਈਨਲ ਦੇ ਵਿੱਚ ਜਗ੍ਹਾ ਪੱਕੀ ਕਰ ਵੀ ਸਕਦੇ ਨੇ ਟੀਮਾਂ ਦੋਨੋਂ ਤਗੜੀਆਂ ਨੇ ਇੱਕ ਟੀਮ ਯੂਪੀ ਦੀ ਹੈ 14-7 ਨਾਲ ਛੋਟੂ ਦੀ ਜੱਸੇ ਦੀ ਲੀਡ ਆ ਵੀਰੇ 7-14 ਨਾਲ ਬਾਈ ਜਿੱਤ ਹਾਰ ਦੇ ਚਲੋ ਇੱਕ ਟੀਮ ਨੇ ਜਾਣਾ ਪਰ ਜੇ ਸੈਮੀ ਦੀਆਂ ਦੋਨੋਂ ਟੀਮਾਂ ਦਾ ਪ੍ਰਦਰਸ਼ਨ ਚੰਗਾ ਲੱਗਿਆ ਯਾਰ ਤਾੜੀ ਜ਼ਰੂਰ ਮਾਰ ਦਿਓ ਮੇਰੇ ਵੀਰ ਬਣ ਕੇ ਦੋਨੋਂ ਟੀਮਾਂ ਲਈ ਖਿਡਾਰੀ ਦੇ ਹੌਸਲਾ ਵੱਡਾ ਹੁੰਦਾ ਹੈ ਤਾੜੀ ਜ਼ਰੂਰ ਮਾਰਿਆ ਕਰੋ ਮੇਰੇ ਵੀਰ ਦਾ ਵੀਰ ਦੇ ਲਈ ਹੈ ਔਰ ਸਫ਼ਰ ਇੱਕ ਹੋਰ ਸਫਲਤਾ ਜਿਹੜੀ ਨਾ ਦੇਖਦਾ ਵੀ ਫਤਿਹਪੁਰ ਦੀ ਟੀਮ ਦੇ ਖਾਤੇ ਵਿੱਚ ਹੈ ਮਨਜੀਤ ਵੀਰੇ ਕਿੰਨੇ ਹੋ ਗਏ ਪੁਆਇੰਟ ਵੱਡੇ ਬਾਈ ਕਰੋ
ਲਓ ਸਾਹਮਣੇ ਵਰਲੇ ਪਾਸੇ ਮੁੰਡਾ ਫਤਿਹਪੁਰ ਗਿਆ ਇੱਕ ਵੱਡੀ ਗਰੇ ਟਰਾਈ ਕਰ ਗਿਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਕੋਸ਼ਾਂ ਅਕਸਰ ਕਦੇ ਬੰਦੇ ਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੁਕਾਮ ਤੇ ਜਿਹੜੀਆਂ ਪਹੁੰਚਾ ਦਿੰਦੀਆਂ ਹੈ ਆਹ ਛੋਟੂ ਹੈ ਕਦੇ ਮਾਜਰੇ ਵਾਲਾ ਵੱਡੀ ਆਸ ਇਸ ਨੌਜਵਾਨ ਤੋਂ ਉਧਰਲੇ ਪਾਸੇ ਜੱਸਾ ਕਦੇ ਰਾਏ ਸਰੀਆ ਵੱਡੀ ਟੀਮ ਬਣਾ ਕੇ ਲੈ ਕੇ ਆਇਆ ਮੇਰੇ ਮਿੱਤਰੋ ਵੱਡੀ ਵਰਗੇ ਮੁੰਡੇ ਕਰੰਟ ਕੱਢੀ ਤੁਰੇ ਆਉਂਦੇ ਆ ਆਹ ਜ਼ੋਰ ਤੇ ਜਵਾਨੀ ਭਿੜਦੇ ਆ ਆਹ ਸਾਹਮਣੇ ਚਿੱਟੇ ਦਿਨ ਦੀ ਕਦੇ ਸ਼ੁਰੂਆਤ ਹੋਣੀ ਅੱਜ ਕਿਹੜੇ ਨਾਮ ਤੋਂ ਗੱਲਾਂ ਹੋਣੀਆਂ ਔਰ ਸਾਹਮਣੇ ਸਵੇਲੇ ਵੱਡਾ ਮੈਚ ਤੇ ਵੱਡੀਆਂ ਟੀਮਾਂ ਕਦੇ ਭਿੜਦੀਆਂ ਫਾਈਨਲ ਦੇ ਲਈ ਕਦੇ ਜੰਗ ਜਿਹੜੀ ਯਾਰੀ ਹੈ ਵੀ ਬੰਦੇ ਲਿਖਦੇ ਵੇ ਕਿਵੇਂ ਹੱਥਾਂ ਬਾਹਾਂ ਤੋਂ ਬਗੈਰ ਲੋਕੀ ਚੰਨ ਤੱਕ ਪਹੁੰਚ ਜਾਂਦੇ ਜਾਰੀ ਹੈ ਪਰ ਉਧਰਲੇ ਪਾਸੇ ਗਗਨਾ ਰਾਜਸਰੀਆ ਮੁੰਡੇ ਨੇ ਕਮਾਲ ਦਾ ਨੰਬਰ ਇੱਕ ਹੋਰ ਜੋੜ ਦਿੱਤਾ ਆਪਣੀ ਟੀਮ ਦੇ ਲਈ ਜਿੰਦਰ ਕਿੰਨੇ ਨੰਬਰ ਬਰੋ ਕਿੰਨੇ ਕਿੰਨੇ ਪੁਆਇੰਟ ਹੈ ਜੀ ਖਾਲਸਾ ਜੀ ਅੱਠ ਚੌਦਾਂ ਔਰ ਸਾਹਮਣੇ ਉੱਧਰ ਰੁਪੇਸ਼ ਵੀਰ ਕਹਿੰਦਾ ਆ ਕਹਿੰਦੇ ਛੋਟੂ ਮਾਜਰੇ ਵਾਲਾ ਜੇ ਢਾਬਾ ਵਾਲੇ ਸ਼ੁਰੂ ਤੇ ਸਿੰਗਲ ਸਮੈਸ਼ ਮਾਰਦਾ ਤੇ ਫਿਰ 1100 ਦੇ ਵੱਡੇ ਸਨਮਾਨ ਹੋਣਗੇ ਆਓ ਸਾਹਮਣੇ ਉੱਧਰਲੇ ਪਾਸੇ ਪਰਾ ਮੁੰਡਾ ਕਰੇ ਜਜ਼ਬੇ ਨਾਲ ਖੇਡਦਾ 9-14 ਹੌਲੀ ਹੌਲੀ ਟੀਮ ਫਤਿਹਪੁਰ ਦੀ ਜਿੱਤ ਦੇ ਵੱਲ ਵੱਧਦੀ ਆ ਮੇਰੇ ਮਿੱਤਰੋ ਤੇ ਚੜ੍ਹਦੇ ਜਿਹੜੇ ਹੁੰਦੇ ਆ ਮੁੰਡਿਆਂ ਦੇ ਹੌਲੀ ਹੌਲੀ ਟੀਮ ਜਿਹੜੀ ਜਿੱਤ ਵੱਲ ਕਹਿੰਦੇ ਵੱਧ ਰਹੀ ਹੈ ਗੱਲਾਂ ਲੱਗਣਗੀਆਂ ਟਿਕਾਣੇ ਆ ਵੱਡਾ ਮੇਲਾ ਕੌੜੀਆਂ ਮਿੱਟੀਆਂ ਯਾਦਾਂ ਛੱਡਦਾ ਹੌਲੀ ਹੌਲੀ ਸਮਾਪਤੀ ਦੇ ਵੱਲ ਵੱਧ ਰਿਹਾ ਹੈ ਬੜੀਆਂ ਟੀਮਾਂ ਨੇ ਕਹਿੰਦੇ ਹਿੱਸਾ ਲਿਆ ਹੈ ਔਰ ਕਈ ਟੀਮਾਂ ਨੇ ਵੱਡੀਆਂ ਟੀਮਾਂ ਨੂੰ ਵਕਤ ਪਾਇਆ ਹੈ ਇੱਥੋਂ ਤਕੜਾ ਸਫ਼ਰ ਤੈਅ ਕੀਤਾ ਹੈ ਆ ਸਾਹਮਣੇ ਕਾਲੀਆਂ ਰਾਤਾਂ ਤੋਂ ਚਿੱਟੇ ਦਿਨਾਂ ਵੱਲ ਵੱਧ ਗਈ ਟੀਮ ਹੁਣ ਵੇਖਦੇ ਹਾਂ ਕੌਣ 21,000 ਜਿੱਤ ਕੇ ਲੈ ਕੇ ਜਾਵੇਗਾ ਕੌਣ ਇਤਿਹਾਸ ਸਿਰਜਦਾ ਹੈ ਇਹ ਵਕਤ ਦੇ ਫੈਸਲੇ ਕਰਨੇ ਹੈ ਔਰ ਢਾਬਾ ਵਾਲਾ ਦਲੇਰੀ ਨਾਲ ਜਿਗਰੇ ਨਾਲ ਗੱਲਾਂ ਟਿਕਾਣੇ ਲਾ ਰਿਹਾ ਹੈ ਉਧਰ ਬਹੁਤ ਵੱਡਾ ਧੰਨਵਾਦ ਹੈ ਸੁਨੀਤ ਦਾ ਵਾਈਫ ਆਫ ਰਤਾਇਸ਼ ਵੀਰ ਸਾਡਾ ਤੇਰਾ ਵੀ 1100 ਦੇਣਾ ਜੇਕਰ ਆ ਛੋਟੂ ਮਾਜਰੇ ਵਾਲਾ ਬਾਲ ਮਾਰਦਾ ਵੀ ਮਾਜਰੇ ਵਾਲਿਆ ਆਓ ਸਾਹਮਣੇ ਸਾਹਮਣੇ ਜੇ ਗੱਲਾਂ ਟਿਕਾਣੇ ਲਾ ਦੀਆਂ 1100 ਹੁਣੇ ਪਿੱਛੇ ਗਰਾਊਂਡ ਦੇ ਦੇਣਾ ਤੇ ਚਰਚੇ ਹੋਣਗੇ ਜ਼ਰੂਰ ਬੱਚੇ ਸੀ ਇੱਕ ਠੋਕੇ ਦਿੱਤੇ ਜਵਾਬ ਸੂਬੇ ਦੇ ਸਵਾਲਾਂ ਦੇ ਪਾਰਸ ਸਰਹੱਦ ਦਾ ਇਤਿਹਾਸ ਵੱਡਾ ਲਿਖ ਗਏ ਹੌਸਲੇ ਲਾਲਾਂ ਨੇ ਬਾਕੀ ਹੌਸਲੇ ਦੀ ਤਾਰ ਦੇਣੀ ਜਿਹੜੀ ਬਣਦੀ ਹੈ ਵੱਡਾ ਮੈਚ ਖੇਡਿਆ ਜਾ ਰਿਹਾ ਹੈ ਔਰ ਢਾਬਾ ਵਾਲਾ ਅੱਜ ਮੂਡ ਦੇ ਵਿੱਚ ਹੈ ਅੱਜ ਕੁਝ ਵੱਖਰਾ ਸੋਚ ਕੇ ਆਇਆ ਹੈ ਕਿ ਅੱਜ ਕੁਝ ਨਾ ਕੁਝ ਕਰਕੇ ਜਾਣਾ ਹੈ ਵੱਡੀ ਟੀਮ ਬਣੀ ਹੈ ਮੇਰੇ ਮਿੱਤਰੋ ਇੱਕ ਪਾਸੇ ਯੂਪੀ ਵਾਲੇ ਮੁੰਡੇ ਖੇਡਦੇ ਹੈ ਔਰ ਦੂਜੇ ਪਾਸੇ ਰੰਗਲਾ ਪੰਜਾਬ ਵੀ ਪੰਜਾਂ ਪਾਣੀਆਂ ਨੇ ਜਿੱਥੇ ਆ ਜਾਲ ਬੰਨਿਆ ਉਸ ਧਰਤੀ ਦੀ ਕੁੱਖ ਵਿੱਚੋਂ ਮੈਂ ਜੰਮਿਆ ਸੋਨਾ ਉੱਗਦੀ ਆ ਜਿੱਥੋਂ ਦੀ ਜ਼ਮੀਨ ਜੱਟੀਏ ਮੈਂ ਹਾਂ ਗੱਭਰੂ ਪੰਜਾਬ ਦਾ ਸ਼ਕੀਰ ਜੱਟੀਏ 15-9 ਆ ਕਰੇ ਟੱਕਰ ਜਿਹੜੀ ਚੋਟੀ ਦੀ ਹੈ ਲਾਸਟ ਪੁਆਇੰਟ ਆ ਗਿਆ ਰਹਿਰ ਦਾ ਉਰੇ ਜਿਹੜੇ ਮਾਨਸਾ ਨੂੰ ਕਦੇ ਬਿਲੋਂਗ ਕਰਦੀਆਂ
ਜਿਹਨੇ ਮਾਨਸਾ ਦੇ ਕਦੇ ਦੁਨੀਆ ਦੀ ਝੋਲੀ ਦੇ ਵਿੱਚ ਵੱਡੇ ਵੱਡੇ ਖਿਡਾਰੀ ਕਰ ਕਰਕੇ ਡਿੱਟੇ ਆ, ਵੱਡੇ ਵੱਡੇ ਫਨਕਾਰਾਂ ਦਾ ਕਦੇ ਜ਼ਿਕਰ ਹੁੰਦਾ ਹੈ, ਕਦੇ ਕੋਰ ਵਾਲੇ ਨਾਮ ਦੇ ਚਰਚੇ ਹੁੰਦੇ ਆ, ਤੇ ਚੈਨੇ ਵਾਲੀ ਦੀ ਟੀਮ ਕੋਰ ਵਾਲੇ ਨਾਮ ਦੇ ਪਿੰਡਾਂ ਦੀ ਟੀਮ ਹੈ। ਲਓ ਜੀ ਰੈਸਰ ਦੀ ਟੀਮ ਫਾਈਨਲ 'ਚ ਪਹੁੰਚ ਗਈ ਆ ਜੀ। ਸਮਾਪਤ ਦਾ ਤਾੜੀ ਮਾਰਦੇ ਜੀ ਦੋਵੇਂ ਟੀਮਾਂ ਦੇ ਨਾਮ ਦੇ ਭਾਈ। ਫਾਈਨਲ ਕਿੱਧਰ ਕਰਨਾ?